बाकी सारे वाइट बन गए। एग्री जी एग्री। अपने अपने सर क्रॉस क्रॉस ऐसे बंद होना चाहिए जब तक गौवा चक्के सड़ चक्के अपने गौशाला च नहीं लेके जाते। एमएल साहब एक बेनती कर रहे हैं, सिर्फ सिर्फ दूध आने वाली गौवा रह रही है, सिर्फ दो तो दिन में सवाल कर रहे हैं। फिर गोले साहब बाकी सार बार बात सारी बार को बन गया ने ए भी गोले साहब मैं सुनो पिछले साल ये साहब बिल्कुल पहले तो असली एमएलए साहब ने एग्री कर दिया उन्होंने पैसे 26 बंदियां दी सारी गवा चक्कियां जा मेरे साथ नहीं यार गल पूरी सुन लो एमएलए साहब इन्होंने लिखा श्री विनय कुमार 40% अपने प्रशासन अपने लेवल से ड्यूटी लावे, कोई भी कोई गां जा सांग सड़क पे नहीं तुरया रहूंगा, वो प्रशासन की जिम्मेदारी होगी। ਕੀ ਰਹੇ ਆ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਸੜਕ ਦੇ ਉੱਤੇ ਕੁੱਤੇ ਤੇ ਗਵਾਂ ਦੇ ਕੇ ਜਾ ਰਹੇ ਆ, ਉਹਦਾ ਆਪਾਂ ਨੂੰ ਹੱਲ ਸੋਚਣਾ ਪੈਣਾ। ਇਹਦੇ ਚ ਨਹੀਂ ਕੋਈ ਪਾਰਟੀਬਾਜ਼ੀ ਹੋਣੀ ਚਾਹੀਦੀ, ਉਹਦਾ ਹੱਲ ਸਾਨੂੰ ਕੱਢਣਾ ਚਾਹੀਦਾ। ਦੂਜੀ ਗੱਲ ਜੇਕਰ ਆਪਾਂ ਹੱਲ ਨਹੀਂ ਨਾ ਕੱਢ ਸਕਦੇ ਤੇ ਜਿਹੜਾ ਲਾਇਸੈਂਸ ਦਾ ਟਰੈਕ ਹੈ ਜਿਹਦੇ ਉੱਤੇ ਡਰਾਈਵਿੰਗ ਲਾਇਸੈਂਸ ਦਾ ਟੈਸਟ ਦੇਣ ਜਾਂਦੇ ਆ ਉੱਥੇ ਕੁੱਤੇ ਤੇ ਗਾਵਾਂ ਛੱਡ ਦੇਣੀਆਂ ਚਾਹੀਦੀਆਂ ਤਾਂ ਕਿ ਸਾਡੇ ਆਉਣ ਵਾਲੇ ਬੱਚੇ ਫੈਮਿਲੀਅਰ ਹੋ ਜਾਣ ਉਹਨਾਂ ਨਾਲ ਕਿ ਉਹ ਕਿ ਸੜਕ ਦੇ ਉੱਤੇ ਗਾਵਾਂ ਦੇ ਕੁੱਤੇ ਆਉਣਗੇ ਜਦੋਂ ਅਸੀਂ ਡਰਾਈਵਿੰਗ ਕਰਾਂਗੇ। ਕੁਝ ਕਰਨਾ ਤੇ ਚਾਹੇ ਪੈਣਾ ਹੀ ਆ, ਸਾਨੂੰ ਸਖਤ ਕਦਮ ਲੈਣੇ ਚਾਹੀਦੇ ਆ ਇਹਦੇ ਬਾਰੇ। सड़क तो चक लो, सिर्फ दुध वाली गौं गौशाला जा रहे ने, बाकी सारिया बार घूम रहे ने। जिहड़ी दुध हट जाती है गौशाला के बाहर छड़ दिंदे ने। तुरिया फिर बंदे खादिया ने बंद जिन्निया गौशाला ने लुधियाने के अंदर ਇਦਾਂ ਕਿਸੇ ਦਾ ਆਪਾਂ ਇੱਕ ਦੂਜੇ ਨੂੰ ਇਲਜ਼ਾਮ ਲਾਈ ਜਾਵਾਂਗੇ ਕੋਈ ਕਾਰਪੋਰੇਸ਼ਨ ਵੱਲੋਂ ਗਾਵਾਂ ਦੇ ਕੰਨ ਦੇ ਵਿੱਚ ਟੋਕਨ ਟੈਪ ਪਾਇਆ ਜਾਵੇ, ਉਹ ਜਿਹੜਾ ਗਊਸ਼ਾਲਾ ਦਾ ਗਊ ਨੂੰ ਬਾਹਰ ਕੱਢਦਾ ਉਹਨੂੰ ਬਿਲਕੁਲ ਨਾ ਦਿੱਤਾ ਜਾਵੇ ਕੋਈ ਉਹਨੂੰ। ਬਿਲਕੁਲ ਸਹੀ ਗੱਲ ਹੈ ਜੀ, ਉਹਦੀ ਸਹੂਲਤ ਬੰਦ ਕੀਤੀ ਜਾਵੇ। ਬਿਲਕੁਲ ਬਿਲਕੁਲ ਠੀਕ ਗੱਲ, ਬਿਲਕੁਲ ਸਹੀ ਗੱਲ। ਟੋਕਨ ਜਿਹੜਾ ਵਾ ਗਾਂ ਦੇ ਕੰਨ 'ਚ ਲਾਇਆ ਜਾਵੇ, ਹੁਣ ਆਪਾਂ ਸਾਰੇ ਡੈਰੀਆਂ ਦੇ ਹੀ ਕੰਮ ਕਰਦੇ ਰਹੇ ਹਾਂ, ਤੁਸੀਂ ਤਾਂ ਹੁਣ ਵੀ ਕਰ ਰਹੇ ਹੋ। डेमो दे के गए कुत्ते वाले एक चिप होती है क्योंकि किसे दा कोई कल्ले दा मुद्दा नहीं गा, ये अपने जो भैन भाई किसी दोस्त का एक्सीडेंट होंदा वा ता उदो आपां नूं सारयां नूं महसूस होंदा यार आ कम गलत हो गया, दुख लगदा। ਬਾਕੀਆਂ ਨੂੰ ਬਾਹਰ ਕੱਢ ਦਿੰਦੇ ਆ ਰਾਤ,
इस करके अपन पता लगना चाहिए भी फलानी गौशाला ने जिहड़ी आ गां वा उत्थे दी आ उहदी सारीआं सहूलतां मंड कर दो गौशाला लिखा की बूटिया चो निकल के ओने मोटरसाइकिल च लगिया बेचारा एड दी सपोर्ट दे थू इस करके अपना सीरियस काम है कोई आपां नूं कोई किसे दे नाल उपर थले वाली गल नहीं बिल्कुल सख्ती ना और जिहड़ा काम करन वाला वा वो होना चाहिए बस मेरा तो मेन यही आ पैसे चाहे पैसे का कोई मतलब नहीं गा पैसे चाहे 10-20 रुपये जिवें भोला जी ने कहा वो होर वध ले लो पर इंसानियत की जिहड़ी आ जान बचनी चाहीदी आ इस संबंध विच 30 रुपये दे रहे आ पर गाऊ दे रहे आ ते ओ किने गिनती किने करदे आ पा किन्नी इन्हां नूं कोल जी ਜਿੰਨੀਆਂ ਕਹਿ ਦਿੰਦੇ ਨੇ ਉਹ ਕੋਈ ਗਿਣਤੀ ਨਹੀਂ ਜਿੰਨੀ ਮਰਜ਼ੀ ਦੇ ਦੇ ਕੋਈ ਸਾਥ ਤੋਂ ਕਿੰਨੇ ਪੈਸੇ ਦੇ ਦੇ ਕਿਵੇਂ ਗਿਣਤੀ ਕਰਦੇ ਹੋ ਪਰ ਇਹਨੂੰ ਫੜ ਕੇ ਆਪਾਂ ਹੁਣ ਦੇ ਰਹੇ ਨਾ ਉਹਨੂੰ ਇੱਕ ਮਿੰਟ ਜੀ ਆਪਾਂ ਦੇ ਰਹੇ ਆ ਕਿੰਨੀਆਂ ਗਾਵਾਂ ਦੇ ਰਹੇ ਆ ਆਪਾਂ ਨੂੰ ਪਤਾ ਵੀ ਉਹਨੇ ਗਾਵਾਂ ਲੋਕ ਹੈਗੇ ਪੂਨਮ ਹੈ ਫਿਕਰ ਹਮੇ ਕੋਈ ਫਿਕਰ ਹੈਗੀ ਮੈਂ ਕੋਈ ਹੁਣੇ ਦਿੱਸਦਾ ਨਹੀਂ ਆਪਾਂ ਦੇ ਕਿੰਨੇ ਪੈਸੇ ਦੇ ਰਹੇ ਜੀ अपने गौशाला कि अपने जिन्या गौशाला ने अपने चार जोन ने चार जोन ड्यूटी लगा गौशाला जाके उ जाके देख के आ लटकन ला दी चाल साहब ने कहा भी सेंसर चक पाया वो लगा दीए ऐसा जी प्रमोशन लगा के दस दिए 400 गऊ है ਤੁਹਾਡੀ 1 ਮਿੰਟ ਬਾਅਦ ਦੁਬਾਰਾ ਚੈੱਕ ਕਰੀਏ 400 ਹੋਣੀ ਚਾਹੀਦੀ ਹੈ ਉਹ ਕੰਪਲਸਰੀ ਹੈ ਜੇ ਉਹ ਸੈਂਸਰ ਦੇ ਕਿਤੇ ਗਊ ਬਾਹਰ ਆਉਂਦੀ ਹੈ ਆਪਾਂ ਉਹਦੇ ਪੈਸੇ ਬੰਦ ਕਰ ਦਿੰਦੇ ਨਹੀਂ ਜੁਰਮਾਨਾ ਆਪਾਂ 1 ਮਿੰਟ ਦੀ ਹੈਲਪ ਕਰਕੇ ਉਹਦੀ ਗਊਸ਼ਾਲਾ ਤੱਕ ਆਪਾਂ ਪਹੁੰਚਾ ਦਿੰਦੇ ਆ ਤੇ ਫਿਰ ਕਿੰਨੀ ਕਰਕੇ ਅਗਲਾ ਪ੍ਰੋਸੈਸ ਕਰਕੇ ਜੁਰਮਾਨਾ ਲਾਉਣਾ ਹੀ ਲਾਉਣਾ 1 ਮਿੰਟ ਉਹਦੇ ਜੁਰਮਾਨਾ ਲਾਉਣਾ ਹੀ ਗਊ ਬਾਹਰ ਦਿੱਤੇ ਹੋਏ ਮੇਰੇ ਸਾਹਿਬ ਤੁਸੀਂ ਜਿਹੜਾ ਮਾਰ ਰਹੇ ਨੇ ਲੋਕਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਇਹਦੇ ਕਰਕੇ ਭਈਆ ਤਾਂ ਹੀ ਕਹਿੰਦੇ ਨੇ 1 ਮਿੰਟ ਬਹੁਤ ਵੱਡਾ ਇਸ਼ੂ ਹੈ ਅੱਜ ਬਹੁਤ ਵੱਡਾ ਇਸ਼ੂ ਆ ਜਿਹੜਾ ਖੰਗੇ ਡੰਗਰਾਂ ਦਾ ਬਗੇ ਜਾ ਕੇ ਕੀਤੀ ਜਾਂਦਾ ਜਾ ਰਹੀਆਂ ਲੋਕ ਤੁਹਾਡੇ ਲੋਕਾਂ ਦੀਆਂ ਫਸਲਾਂ ਜਾ ਰਹੇ ਤੇ ਇਹਦੇ ਕਰਕੇ ਇਹਦੇ ਵਾਸਤੇ ਕੋਈ ਨਾ ਕੋਈ ਫੈਸਲਾ ਜ਼ਰੂਰ ਲਓ ਆਪਾਂ 30 ਦੀ ਬਜਾਏ 50 ਕਰੇ 50 ਜਾਂ 60 ਕਰ ਦਿਓ 100 ਕਰ ਦਿਓ ਪਰ ਆਪਾਂ ਨੂੰ ਪਤਾ ਤਾਂ ਹੋਵੇ ਕਿੰਨੇ ਪੈਸੇ ਦੇ ਰਹੇ ਆ ਆਪਾਂ ਨੂੰ ਪਤਾ ਨਹੀਂ ਉਹਦੇ ਬਾਰੇ ਕਿਹੜੀ ਗਾਂ ਆ ਛੱਡੀ ਆ ਕਿੰਨੇ ਪੈਸੇ ਦੇ ਰਹੇ ਆ ਕੋਈ ਹੈਗੇ ਆਪਣੇ ਕੋਲ ਬੰਦਾ ਇਹ ਰਿਕਾਰਡ ਉਹ ਆ ਜਿੰਨੇ ਆਪਣੇ ਤੋਂ ਪੈਸੇ ਲੈਂਦੇ ਨੇ ਆਪਣੇ ਤਾਂ ਉਹਨਾਂ ਨੇ ਕਹਿਤਾ ਕਿ 400 ਗਊ ਸਾਡੇ ਕੋਲ ਆ 400 ਦੇ ਪੈਸੇ ਦਿੰਦੇ ਆ ਆਪਾਂ ਨੂੰ ਪਤਾ ਉਹਨਾਂ ਕੋਲ 400 ਗਊ ਆਈ ਕਿ ਸਾਡੇ ਕੋਲ सड़क पशु घूम रहे अपने अकाउंटिंग
फलानी जगह जो गौशाला बनती है लेकिन गौशाला सानू बनी कि नजर नहीं आई नहीं नजर आई जी फ्रंट कोई नहीं है यदि आपको हमारी ये वीडियो पसंद आई तो हमारे चैनल को लाइक शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।